ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਠੇਕੇ ਦੀ ਦੀਵਾਰ 'ਚ ਸੰਨ ਲਾ ਕੇ ਸ਼ਰਾਬ ਚੋਰੀ। ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਦੀ ਪੁਲਿਸ ਚੌਂਕੀ ਲਸਾੜਾ ਦੇ ਅਧੀਨ ਆਉਂਦੇ ਪਿੰਡ ਬਾਂਸੀਆਂ ਚੱਕ ਵਿਖੇ ਕੁਝ ਅਣਪਛਾਤੇ ਚੋਰ ਰਾਤ ਦੇ ਸਮੇਂ ਦੀਵਾਰ 'ਚ ਸੰਨ ਲਾ ਕੇ ਸ਼ਰਾਬ ਦੀਆਂ ਪੇਟੀਆਂ ਚੋਰੀ ਕਰਕੇ ਲੈ ਗਏ। ਠੇਕੇਦਾਰ ਦੇ ਸਹਾਇਕ ਸਤਪਾਲ ਰਾਣਾ ਨੇ ਦੱਸਿਆ ਕਿ ਉਹਨਾਂ ਦੇ ਕਰਿੰਦੇ 11 ਵਜੇ ਠੇਕਾ ਬੰਦ ਕਰਕੇ ਠੇਕੇ ਦੇ ਨਾਲ ਲੱਗਦੇ ਸੰਧੂ ਪੈਲਸ 'ਚ ਸੌਣ ਚਲੇ ਗਏ। ਜਦੋਂ ਉਹਨਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਠੇਕੇ ਦੀ ਇੱਕ ਕੰਧ ਪਾੜੀ ਹੋਈ ਸੀ ਅਤੇ ਅੰਦਰੋਂ ਲਗਭਗ 13 ਪੇਟੀਆਂ ਮਹਿੰਗੀ ਸ਼ਰਾਬ ਵੱਖ ਵੱਖ ਬ੍ਰੈਂਡਾਂ ਦੀ ਚੋਰੀ ਹੋ ਚੁੱਕੀ ਸੀ। ਗੌਰ ਕਰਨ ਯੋਗ ਹੈ ਕਿ ਪਿਛਲੇ ਸਾਲ ਵੀ ਇਸੇ ਠੇਕੇ ਤੋਂ ਸ਼ਰਾਬ ਚੋਰੀ ਹੋ ਗਈ ਸੀ। ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੂਟਾ ਸਿੰਘ ਢਿੰਸਾ, ਅਪਰਾ ਦੀ ਰਿਪੋਰਟ। ਦੋ ਮਹੀਨੇ ਹੋ ਗਏ ਸੀ ਠੇਕੇ ਦੇ ਮੈਨੂੰ ਲੱਗੇ ਅਤੇ 10 ਵਜੇ ਠੇਕਾ ਬੰਦ ਕੀਤਾ। ਉਸ ਤੋਂ ਬਾਅਦ ਦਿਖਾ ਕੇ 11:30 ਵਜੇ ਸੁੱਤੇ, 12 ਵਜੇ ਗੇੜਾ ਮਾਰਿਆ, ਚੈੱਕ ਕੀਤਾ, ਗੇੜਾ ਮਾਰਿਆ ਤਾਂ ਦੋ ਬੰਦੇ ਖੜ੍ਹੇ ਸੀ ਅਤੇ ਉਸ ਤੋਂ ਬਾਅਦ ਉਹਨੇ ਨਾਲ ਦੇ ਬੰਦੇ ਪੈਰ ਸਮੇਂ ਬੁਲਾ ਕੇ ਮਗਰ ਭੱਜ ਗਿਆ। ਤੁਹਾਡੀ ਰਿਹਾਇਸ਼ ਇੱਥੇ ਹੀ ਹੈ ਲਾਗੇ? ਰਿਹਾਇਸ਼ ਇੱਥੇ ਹੀ, ਹਾਂਜੀ। ਠੀਕ ਹੈ, ਅਤੇ ਕੀ ਚੋਰੀ ਕਰਕੇ ਲੈ ਗਏ? 12-13 ਪੇਟੀਆਂ ਦੇਸੀ ਚੋਰੀ ਕਰਕੇ ਲੈ ਕੇ ਬੀਅਰ ਦੀ। ਕਿਹੜੀ ਕਿਹੜੀ ਸੀਗੀ ਦਾਰੂ? ਬ੍ਰੈਂਡਰ ਪ੍ਰਾਈਡ, ਸਿਗਨੇਚਰ, ਓਸੀਬਲਿਊ, ਇੰਪੀਰੀਅਲ, ਸਿਗਨੇਚਰ। ਕੋਈ ਕੈਸ਼ ਵਗੈਰਾ ਚੋਰੀ ਵੀ ਕੀਤਾ? ਨਹੀਂ, ਕੈਸ਼ ਨਹੀਂ। ਰਾਤ 2:45 ਵਜੇ ਇਹ ਚੋਰੀ ਹੋਈ ਹੈ। ਜਿਹੜਾ ਮਾਰਿਆ ਉਸ ਟਾਈਮ ਉਹ ਬੰਦੇ ਭੱਜ ਗਏ। ਕਿੰਨੇ ਕੁ ਵਜੇ ਦੀ ਵਾਰਦਾਤ ਹੈ ਜੀ? 2:45। ਤੁਸੀਂ ਇੱਥੇ ਰਹਿੰਦੇ ਹੋ? ਹਾਂਜੀ ਹਾਂਜੀ। ਠੀਕ ਹੈ, ਤੁਹਾਨੂੰ ਆਵਾਜ਼ ਕੋਈ ਪਤਾ ਲੱਗਾ ਜਦੋਂ ਚੋਰਾਂ ਨੇ ਆਏ, ਚੋਰ ਆਏ ਜਾਂ ਖੜਕਾ ਹੋਇਆ ਕੋਈ? ਹਾਂ ਹਾਂ, ਕੁੱਤੇ ਨੇ ਖੜਾਕ ਮਾਰੀ ਕੀਤੀ ਹੈ। ਬਾਹਰ ਜਿਹੜਾ ਮਾਰਿਆ, ਜਦ ਦੋ ਬੰਦੇ ਖੜੇ ਭੱਜ ਗਏ। ਕਿੰਨੇ ਬੰਦੇ ਸੀਗੇ? ਬੰਦੇ ਦੋ ਦੇ ਕੇ ਬੱਕਰੀ। ਠੀਕ ਹੈ, ਕੀ ਚੋਰੀ ਹੋਇਆ ਜੀ? ਹਾਂਜੀ, ਚੋਰੀ ਕੀ ਹੋਇਆ? 13 ਪਿੱਠੇ ਹੋਏ। 13 ਬੇਟੇ ਸ਼ਰਾਬ ਦੇ? ਕੋਈ ਕੈਸ਼ ਵਗੈਰਾ? ਕੈਸ਼? ਹਾਂਜੀ, ਕੈਸ਼ ਨਹੀਂ। 13 ਹਾਂਜੀ ਭਾਅ ਜੀ, ਸਾਡਾ ਠੇਕਾ ਪਿੰਡ ਬੈਂਸੀਆਂ ਅਤੇ ਨਵਾਂ ਸ਼ਹਿਰ ਰੋਡ ਹੈ, ਨਜ਼ਦੀਕ ਸੰਧੂ ਪੈਲਸ ਆ। ਕਰਿੰਦੇ 11 ਵਜੇ ਬੰਦ ਕਰਕੇ ਚੱਲ ਗਏ ਸੌਣ ਸੰਧੂ ਪੈਲਸ ਦੇ ਵਿੱਚ। ਜਦ ਸਵੇਰੇ ਉਹਨੇ ਆ ਕੇ ਦੇਖਿਆ ਅਤੇ ਉਹਨੇ ਦੇਖਿਆ ਕੀ ਆ, ਉਹਨਾਂ ਦੀ ਕੰਧ ਪਾੜੀ ਹੋਈ ਸੀ ਅਤੇ ਜਿਹੜੀ ਮਹਿੰਗੀ ਬ੍ਰਾਂਡ ਆ ਸ਼ਰਾਬ, ਉਹ ਸਾਰੀ ਸਾਰੀ ਚੱਕੀ ਗਈ ਆ, 13 ਪੇਟੀਆਂ। ਠੀਕ ਹੈ ਜੀ, ਇਹ ਰੋਡ ਜਿਹੜਾ ਜਾ ਰਿਹਾ ਫਲੋਰ ਤੋਂ ਨਵਾਂ ਸ਼ਹਿਰ। ਹਾਂਜੀ, ਤਕਰੀਬਨ ਕਿੰਨੇ ਕੁ ਦੀ ਦਾਰੂ ਸੀ ਇਹ? ਤਕਰੀਬਨ ਕਿੰਨੇ ਦੀ ਦਾਰੂ ਆ? 1.5 ਲੱਖ ਦੀ ਦਾਰੂ ਬਣਦੀ ਹੈ ਜੀ ਇਹ। ਠੀਕ ਹੈ ਜੀ, ਤੁਸੀਂ ਹੁਣ ਜਿਹੜਾ ਆ ਪੁਲਿਸ ਨੂੰ ਕੀ ਸੂਚਿਤ ਕਰ ਦਿੱਤਾ ਇਹਦੇ ਬਾਰੇ? ਹਾਂਜੀ, ਪੁਲਿਸ ਨੂੰ ਸੂਚਿਤ ਕਰ ਦਿੱਤਾ ਆ, ਸਾਡੀ ਸੁਣਵਾਈ ਕੀਤੀ ਜਾਵੇ। ਠੀਕ ਹੈ ਜੀ, ਇਹ ਪਤਾ ਲੱਗਾ ਕਿ ਪਿਛਲੇ ਸਾਲ ਵੀ ਚੋਰੀ ਹੋਈ ਸੀ? ਹਾਂਜੀ, 3 ਵਾਰੀ ਚੋਰੀ ਹੋ ਚੁੱਕੀ ਹੈ ਜੀ ਇੱਥੇ। ਉਹਦੀ ਕੋਈ ਸੁਣਵਾਈ ਪੁਲਿਸ ਨੇ ਕੀਤੀ? ਸੁਣਵਾਈ ਨਹੀਂ ਕੀਤੀ, ਕੋਈ ਸੁਣਵਾਈ ਹੋਈ ਨਹੀਂ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਸਾਡੀ ਸੁਣਵਾਈ ਹੋਈ ਜਾਵੇ, ਬੰਦੇ ਫੜੇ ਜਾਣ ਜਿਹੜੇ ਵਾਰ ਵਾਰ ਚੋਰੀਆਂ ਕਰਦੇ ਆ।